ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਜਿੰਦਰ ਸਿੰਘ ਜੀ, ਗਿਆਨੀ ਜਸਵੰਤ ਸਿੰਘ ਜੀ, ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਅਕਾਲ ਬੰਗਾ ਪਿੰਡ ਅਲਾ ਚੌਰ ਨਵਾਂਸ਼ਹਿਰ ਦੇ ਵਿੱਚ, ਪੰਜਾਬ ਦੇ ਵਿੱਚ ਪਹੁੰਚੇ ਆ। ਇਸ ਅਸਥਾਨ ਬਾਰੇ ਪੁੱਛਣਾ ਚਾਹੁੰਦੇ ਸੀ ਵੀ ਜਿੰਨਾ ਕੁ ਮਹਾਂਪੁਰਖਾਂ ਦੇ ਕੋਲੋਂ, ਵੱਡਿਆਂ ਕੋਲੋਂ ਸੁਣਿਆ, ਉਹਦੇ ਅਨੁਸਾਰ ਦੱਸਦੇ ਵੀ ਇਹ ਅਸਥਾਨ ਬਿਕਰਮੀ ਸੰਮਤ 1995 ਈਸਵੀ ਸੰਨ 1938 ਸੰਤ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਦਾ ਜਿਹੜਾ ਨਗਰ ਪਿੰਡ ਆ ਇਹ ਇਹੀ ਸੀ, ਅਲਾਚੌਰ ਪਿੰਡ ਹੀ ਸੀ। ਮਾਤਾ ਦਾ ਨਾਮ ਇਹਨਾਂ ਦੇ ਵੱਡਿਆਂ ਤੋਂ ਵੀ ਪਤਾ ਕੀਤਾ, ਇਹਨਾਂ ਦੇ ਚਾਚਾ ਜੀ ਦੇ ਪੁੱਤ ਸੀ ਉਹਨਾਂ ਨੂੰ ਵੀ ਨਹੀਂ ਪਤਾ ਸੀ, ਛੋਟੇ ਹੁੰਦਿਆਂ ਦੀ ਚੜ੍ਹਾਈ ਕਰ ਗਏ ਸੀ ਮਾਤਾ। ਅਤੇ ਬਾਪੂ ਦਾ ਨਾਮ ਪਹਿਲਾਂ ਅਤਰਾ ਅਤਰਾ ਕਰਕੇ ਸਾਦੇ ਸੀ, ਅਤੇ ਬਾਅਦ ਵਿੱਚ ਫਿਰ ਗੁਰੂ ਕੇ ਜਹਾਜ਼ 'ਚ ਚੜ੍ਹ ਕੇ ਅਤਰ ਸਿੰਘ ਬਣ ਗਏ ਸੀ। ਇਸ ਅਸਥਾਨ 'ਤੇ ਮਹਾਂਪੁਰਖ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਸਾਹਿਬ ਸੱਤੋਵਾਲੀ ਗਲੀ ਵਿੱਚ ਵਿੱਦਿਆ ਪੜ੍ਹੀ, ਫਿਰ ਕਾਂਸ਼ੀ ਦੇ ਵਿੱਚ, ਬਨਾਰਸ ਦੇ ਵਿੱਚ ਵੀ ਵਿੱਦਿਆ ਪੜ੍ਹੀ। ਸੰਤ ਬਾਬਾ ਘਨੱਈਆ ਸਿੰਘ ਜੀ ਮਹਾਂਪੁਰਖ ਪਛਲਾਵੇ ਵਾਲੇ, ਬੜੀ ਬੰਦਗੀ ਕਮਾਈ ਵਾਲੇ ਸਾਧੂ ਹੋਏ। ਪਛਲਾਵੇ ਨਗਰ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੇ ਪਾਸ ਰਹਿੰਦੇ ਸਨ, ਅਤੇ ਸਿੰਘਾਂ ਨੂੰ ਵਿੱਦਿਆ ਪੜ੍ਹਨੀ ਪੜ੍ਹਾਉਣੀ। ਉਸੇ ਅਸਥਾਨ 'ਤੇ ਸ੍ਰੀ ਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ, ਸੰਤ ਮੋਹਨ ਸਿੰਘ ਜੀ ਮਹਾਂਪੁਰਖ ਸੰਤ ਖੇਮ ਸਿੰਘ ਜੀ ਦੇ ਕੋਲੋਂ ਵਿਦਾਂਤ ਦੇ ਕੁਝ ਕੁ ਗ੍ਰੰਥ ਉੱਥੇ ਰਹਿ ਕੇ ਵਿੱਦਿਆ ਪੜ੍ਹੀ ਸੀ। ਉਦੋਂ ਬਾਅਦ ਵਿੱਚ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਸ ਜਥੇ ਦੇ ਵਿੱਚ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ ਚਲੇ ਗਏ ਸਨ। ਸੰਤ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੂੰ ਨਗਰ ਦੇ ਸਿਆਣੇ ਬਜ਼ੁਰਗ ਰਲ ਕੇ ਹੋਰ ਫਿਰ ਇੱਥੇ ਲੈ ਕੇ ਆਏ। ਜਦੋਂ ਇਸ ਅਸਥਾਨ 'ਤੇ ਆਏ, ਪਿੰਡ ਦੇ ਵਾਲੇ ਪਾਸੇ ਇੱਕ ਜਗ੍ਹਾ ਸੀ, ਸਾਂਝੀ ਜਗ੍ਹਾ ਕਹਿ ਲਓ, ਪੰਚਾਇਤ ਦੀ ਜਗ੍ਹਾ ਕਹਿ ਲਓ, ਉਹਦੇ ਵਿੱਚ ਕਹਿੰਦੇ ਵੀ ਮਹਾਂਪੁਰਖ ਤੁਹਾਨੂੰ ਇੱਥੇ ਅਸੀਂ ਛੰਨ ਪਾ ਦਿੰਦੇ ਹਾਂ ਵੀ ਇੱਥੇ ਤੁਸੀਂ ਰਹੀ ਚਲੋ। ਸੰਤ ਕਹਿੰਦੇ ਮੇਰੇ ਨਾਲ ਸਿੰਘ ਰਹਿਣਗੇ ਵਿੱਦਿਆ ਪੜ੍ਹਨ ਵਾਲੇ। ਪਿੰਡ ਵਾਲਿਆਂ ਨੇ, ਬਜ਼ੁਰਗਾਂ ਨੇ ਵਿੱਚ ਕਿਹਾ ਵੀ ਮਹਾਰਾਜ ਸਾਨੂੰ ਕੋਈ ਇਤਰਾਜ਼ ਨਹੀਂ, ਜਿਹੜੇ ਸਿੰਘ ਮਰਜ਼ੀ ਤੁਹਾਡੇ ਨਾਲ ਰਹਿਣ ਵਿੱਦਿਆ ਪੜ੍ਹਨ ਪੜ੍ਹਾਉਣ। ਫਿਰ ਮਹਾਂਪੁਰਖਾਂ ਨੇ ਕਿਹਾ ਵੀ ਜਦੋਂ ਮੇਰਾ ਸਰੀਰ ਚਲਿਆ ਗਿਆ ਦੁਨੀਆ ਤੋਂ, ਉਦੋਂ ਬਾਅਦ ਵਿੱਚ ਫਿਰ ਨਗਰ ਵਾਲੇ ਕਹਿੰਦੇ ਵੀ ਉਹ ਸਾਡੀ ਮਰਜ਼ੀ ਆ ਵੀ ਕਿਸੇ ਨੇ ਇੱਥੇ ਰਹਿਣ ਦੇਣਾ ਜਾਂ ਨਹੀਂ। ਫਿਰ ਮਹਾਂਪੁਰਖਾਂ ਨੇ ਵਚਨ ਕਹੇ ਸੀ, ਕਹਿੰਦੇ ਅਸੀਂ ਭਾਈ ਉੱਥੇ ਬੈਠਾਂਗੇ ਜਿੱਥੇ ਸਾਨੂੰ ਕੋਈ ਆ ਕੇ ਠਾਲੇ ਨਾ। ਫਿਰ ਮਹਾਂਪੁਰਖਾਂ ਦੇ ਪਰਿਵਾਰ ਦੇ ਵਿੱਚ ਇਹ ਜਿਹੜੀ ਜਗ੍ਹਾ ਇੱਥੇ ਅਸਥਾਨ ਬਣਿਆ ਹੋਇਆ, ਤਕਰੀਬਨ 19 ਮਰਲੇ ਥਾਂ, ਕਨਾਲ ਕਹਿ ਲਓ, ਕਨਾਲ ਦੇ ਨੇੜੇ ਜਿਹੜੇ ਥਾਂ ਸੀ, ਉਸ ਥਾਂ ਦੇ ਵਿੱਚ ਪਰਿਵਾਰ ਵਾਲਿਆਂ ਨੇ ਕਿਹਾ ਵੀ ਮਹਾਂਪੁਰਖੋ ਤੁਸੀਂ ਇਹ ਥਾਂ ਤੁਹਾਨੂੰ ਦਿੱਤਾ। ਫਿਰ ਸੰਤ ਖੇਮ ਸਿੰਘ ਜੀ ਮਹਾਂਪੁਰਖ ਕਹਿਣ ਲੱਗੇ ਪਹਿਲਾਂ ਧਰਮ ਅਰਥ ਕਰੋ, ਕੱਲ੍ਹ ਨੂੰ ਤੁਸੀਂ ਆ ਕੇ ਕਹੋਗੇ ਇਹ ਤਾਂ ਸਾਡਾ ਥਾਂ, ਆਪਦੀ ਮੇਰ ਦਿਖਾਓਗੇ। ਉਸ ਵੇਲੇ ਸੰਤਾਂ ਨੇ ਕਿਹਾ, ਕਹਿੰਦੇ ਵੀ ਧਰਮ ਅਰਥ ਕਰੋ, ਪਰਿਵਾਰ ਵਾਲੇ ਮੰਨ ਗਏ ਅਤੇ ਮਹਾਂਪੁਰਖ ਕਹਿੰਦੇ ਇੱਥੇ ਭਾਈ ਗੁਰਦੁਆਰਾ ਅਕਾਲ ਬੰਗਾ ਬਣਾਵਾਂਗੇ, ਉਹਦੇ ਨਾਂ 'ਤੇ ਲਾ ਦਿਉ। ਫਿਰ ਇੱਕ ਨਿੱਕਾ ਜਿਹਾ ਅਸਥਾਨ ਗੁਰੂ ਮਹਾਰਾਜ ਵਾਸਤੇ ਛੋਟਾ ਜਿਹਾ ਕਮਰਾ ਬਣਾਇਆ ਸੀ, ਅਤੇ ਆਪਦੇ ਰਹਿਣ ਵਾਸਤੇ ਇੱਕ ਛੰਨ ਜੀ, ਜਿਵੇਂ ਕੁਟੀਆ ਜੀ ਬਣਾ ਦਿੱਤੀ, ਤਾਂ ਇਹਨੂੰ ਕੁਟੀਆ ਕਰਕੇ ਵੀ ਜਾਣਦੇ, ਉੱਦਾਂ ਗੁਰਦੁਆਰੇ ਦੇ ਨਾਂ ਅਕਾਲ ਬੰਗਾ, ਉੱਦਾਂ ਸੰਤਾਂ ਦੀ ਕੁਟੀਆ ਕਰਕੇ ਜ਼ਿਆਦਾ ਮਸ਼ਹੂਰ ਜਾਣਦੇ ਨਹੀਂ ਆ। ਉਸ ਸਮੇਂ ਇੱਥੇ ਕੁਟੀਆ ਬਣਾਈ, ਮਹਾਂਪੁਰਖ ਇੱਥੇ ਵਿੱਦਿਆ ਪੜ੍ਹਦੇ ਪੜ੍ਹਾਉਂਦੇ ਰਹੇ, ਸਿੰਘ ਨਾਲ ਰਹਿੰਦੇ ਰਹੇ। ਉਦੋਂ ਸੰਤਾਂ ਨੇ ਨਿਯਮ ਰੱਖੇ ਸੀ ਵੀ ਕੋਈ ਅਗਰਾਹੀ ਨਹੀਂ ਕਰਨੀ, ਗੋਲਕ ਨਹੀਂ ਰੱਖਣੀ। ਹੁਣ ਵੀ ਗੋਲਕ ਹੈ ਨਹੀਂ ਵੀ ਕੋਈ ਰੱਖ ਜੇ, ਕੋਈ ਲੈ ਜੇ, ਹੁਣ ਵੀ ਇਵੇਂ ਚੱਲੀ ਜਾਂਦਾ। ਅਨਾਊਂਸਮੈਂਟ ਕਰਕੇ ਇਹ ਤਾਂ ਕਹਿ ਦੇਣਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ, ਸੰਗਤ ਜੀ 19 ਤਰੀਕ ਨੂੰ ਮਨਾਉਣਾ, ਦਰਸ਼ਨ ਦਿਓ। ਪਰ ਇਹ ਨਹੀਂ ਕਹਿਣਗੇ ਵੀ ਰਸਤਾਂ ਬਸਤਾਂ ਲੈ ਕੇ ਤਨ ਮਨ ਧਨ ਨਾਲ ਜਾਂ ਸੇਵਾ ਕਰੋ,
ਜਾਂ ਕੋਈ ਸੇਵਾ ਆਰੰਭਣੀ ਹੈ ਵੀ ਤੁਸੀਂ ਸੇਵਾ 'ਚ ਹਿੱਸਾ ਪਾਓ, ਐਂ ਨਹੀਂ ਹੁਣ ਵੀ ਕਹਿੰਦੇ। ਉਹਨਾਂ ਸਾਧੂਆਂ ਦੀ ਬੰਦਗੀ ਕਮਾਈ ਕਰਕੇ ਸਾਰਾ ਕੁਛ ਹੀ ਚੱਲੀ ਜਾਂਦਾ ਉਸ ਸਮੇਂ ਤੋਂ ਲੈ ਕੇ। ਫਿਰ ਮਹਾਂਪੁਰਖ ਜਦੋਂ ਇੱਥੇ ਰਹੇ, ਲੰਗਰ ਦੇ ਵਿੱਚ ਵੀ ਸੋਧ ਵਿਵੇਕ ਰੱਖਣੀ, ਭਾਂਡੇ ਸਵਾਹ ਨਾਲ ਮਾਂਜ ਕੇ ਚੰਗੀ ਤਰ੍ਹਾਂ ਫੇਰ ਵਰਤਾਉਣੇ। ਇਹ ਮਹਾਂਪੁਰਖਾਂ ਨੂੰ ਮੈਂ, ਜਿਹੜੇ ਹੁਣ ਮਹਾਂਪੁਰਖ, ਇਹਨਾਂ ਨੂੰ ਵੀ ਪੁੱਛਿਆ ਸੀ ਵੀ ਜਿਹੜਾ ਮੂੰਹ ਬੰਨਣ ਦਾ ਨਿਯਮ ਰੱਖਿਆ ਸੀ ਇਹ ਕਿਉਂ ਰੱਖਿਆ ਸੀ। ਕਹਿੰਦੇ ਵੀ ਸੰਤ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਦੱਸਿਆ ਸੀ ਵੀ ਅਸੀਂ ਕਹਿੰਦੇ ਦੇਗ ਸਜਾਈ, ਗੁਰੂ ਮਹਾਰਾਜ ਜੀ ਨੂੰ ਭੋਗ ਲਵਾਉਣਾ ਸੀ ਅਤੇ ਬਾਣੀ ਪੜ੍ਹਦੇ ਸੀ ਮੁੱਖ ਤੋਂ, ਅਤੇ ਦੇਗ ਨੂੰ ਖੁਰਚਣੇ ਦੇ ਨਾਲ, ਪਲਟੇ ਦੇ ਨਾਲ ਹਿਲਾ ਕੇ ਠੰਡੀ ਕਰਦੇ ਸੀ, ਉਹਨੂੰ ਠਾਰਦੇ ਸੀ। ਕਹਿੰਦੇ ਸਾਡੇ ਮੂੰਹ ਦੇ ਵਿੱਚੋਂ ਲਵ ਜਿਹੀ, ਲਾਲ ਜਿਹੀ ਡਿੱਗੀ ਅਤੇ ਉਹ ਡਿੱਗੀ ਤਾਂ ਦੇਗ ਤੋਂ ਬਹੁਤ ਉਰਈ, ਫਿਰ ਵੀ ਕਹਿੰਦੇ ਸਾਡੇ ਮਨ ਨੂੰ ਠੇਸ ਪਹੁੰਚੀ, ਸੱਟ ਵੱਜੀ। ਅਸੀਂ ਉਹ ਦੇਗ ਨੂੰ ਫਿਰ ਭੋਗ ਨਹੀਂ ਸੀ ਲਵਾਇਆ। ਕਹਿੰਦੇ ਬਾਹਰ ਖੇਤ ਵਿੱਚ ਟੋਆ ਪੱਟ ਕੇ ਹੇਠਾਂ ਦਬਾਤੀ ਸੀ, ਫਿਰ ਦੁਬਾਰਾ ਸਣੇ ਕੇ ਸੀ ਇਸ਼ਨਾਨ ਕੀਤਾ, ਨਵੇਂ ਵਸਤਰ ਪਾਏ, ਸਭ ਤੋਂ ਪਹਿਲਾਂ ਫਿਰ ਮੂੰਹ ਬੰਨਿਆ, ਮੂੰਹ ਬੰਨ ਕੇ ਫਿਰ ਭਾਂਡੇ ਮਾਂਜੇ, ਭਾਂਡੇ ਮਾਂਜ ਕੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਫਿਰ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਭੋਗ ਲਵਾਇਆ ਅਤੇ ਨਾਲ ਹੀ ਮਾਫ਼ੀ ਮੰਗੀ ਵੀ ਮਹਾਰਾਜ ਪਹਿਲਾਂ ਜਿਹੜੀ ਦੇਗ ਪਈ ਐਂ ਹੋ ਗਈ, ਵੀ ਧਰਤੀ ਦੇ ਵਿੱਚ ਫਿਰ ਦੱਬਣੀ ਪਈ, ਉਸ ਚੀਜ਼ ਦੀ ਫਿਰ ਮਾਫ਼ੀ ਮੰਗੀ। ਉਸ ਤੋਂ ਸੰਤਾਂ ਨੇ ਉਸੇ ਸਮੇਂ ਤੋਂ ਲੈ ਕੇ ਫਿਰ ਨਿਯਮ ਬਣਾ ਦਿੱਤੇ ਸੀ, ਖੂਹ ਦਾ ਜਲ ਵਰਤਦੇ ਸੀ, ਖੂਹ ਹੁਣ ਸੁੱਕਣ ਕਰਕੇ ਹੁਣ ਮੋਟਰ ਦਾ ਜਲ ਜਿਹੜਾ ਉਹ ਵਰਤ ਲੈਂਦੇ, ਪਹਿਲਾਂ ਖੂਹ ਦਾ ਜਲ ਹੀ ਵਰਤਦੇ ਸੀ। ਇਸੇ ਅਸਥਾਨ 'ਤੇ ਮਹਾਂਪੁਰਖ ਵਿਰਾਜਦੇ ਰਹੇ, ਸਿੰਘਾਂ ਨੂੰ ਵਿੱਦਿਆ ਪੜ੍ਹਦੇ ਪੜ੍ਹਾਉਂਦੇ ਰਹੇ। ਉਹਨਾਂ ਤੋਂ ਬਾਅਦ ਵਿੱਚ ਮਹਾਂਪੁਰਖਾਂ ਤੋਂ ਸੰਤ ਬਾਬਾ ਜੋਗਿੰਦਰ ਸਿੰਘ ਜੀ ਹੋਏ, ਉਹ ਵੀ ਛੋਟੀ ਉਮਰ ਦੇ ਵਿੱਚ ਇੱਥੇ ਮਹਾਂਪੁਰਖਾਂ ਦੇ ਪਾਸ ਆ ਗਏ ਸਨ। ਛੋਟੀ ਉਮਰ ਤੋਂ ਲੈ ਕੇ ਸਾਰੀ ਜ਼ਿੰਦਗੀ ਨਾਲ ਰਹੇ ਸੰਤ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਸੰਨ 1981 ਈਸਵੀ ਸੰਮਤ ਦੇ ਵਿੱਚ 13 ਹਾੜ ਨੂੰ ਸਰੀਰ ਛੱਡਿਆ ਸੀ। ਅੰਗਰੇਜ਼ੀ ਮਹੀਨਾ ਜੂਨ ਬਣ ਜਾਂਦਾ, 26 ਜਾਂ 27 ਜੂਨ 13 ਹਾੜ ਨੂੰ ਜਿਹੜਾ ਦਿਨ ਆ ਜਾਵੇ ਉਸ ਦਿਨ ਉਹਨਾਂ ਦਾ ਜੋੜ ਮੇਲਾ ਮਨਾਉਂਦੇ। ਉਹਨਾਂ ਤੋਂ ਸਮੇਂ ਤੋਂ ਲੈ ਕੇ ਫਿਰ ਬਾਅਦ ਵਿੱਚ ਸੰਤ ਬਾਬਾ ਜੋਗਿੰਦਰ ਸਿੰਘ ਜੀ ਮਹਾਂਪੁਰਖ ਇੱਥੇ ਛੋਟੀ ਉਮਰ ਤੋਂ ਹੀ ਸੇਵਾ ਕਰਦੇ ਸੀ, ਅੱਗੇ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ। ਅਤੇ ਨਾਲ ਜੋ ਹੁਣ ਮੌਜੂਦਾ ਸੰਤ ਨੇ ਉਹ, ਉਹਨਾਂ ਦਾ ਨਾਂ ਹੈ ਸੰਤ ਅਜੀਤ ਸਿੰਘ ਜੀ, ਜਿਨ੍ਹਾਂ ਦਾ ਨਗਰ ਰੁੜਕੀ ਖਾਸ ਨੇੜੇ ਹੀ ਹੈ। ਉਹ ਇੱਥੇ ਪਹਿਲਾਂ ਮਿਸਤਰੀ ਦਾ ਕੰਮ ਕਰਦੇ ਸਨ, ਲੱਕੜ ਦੇ ਤਾਕੀਆਂ ਦਰਵਾਜ਼ੇ ਬਣਾਉਂਦੇ ਸਨ। ਉਹਨਾਂ ਨੂੰ ਵੀ ਮਹਾਂਪੁਰਖਾਂ ਨੇ ਨਾਲ ਹੀ ਇੱਥੇ ਰੱਖ ਲਿਆ ਸੀ ਵੀ ਤੁਸੀਂ ਸੰਤ ਜੋਗਿੰਦਰ ਸਿੰਘ ਜੀ ਦੇ ਨਾਲ ਲੰਗਰ ਦੀ ਸੇਵਾ ਸੰਭਾਲਣੀ। ਉਹ ਲੰਗਰ ਦੀ ਸੇਵਾ ਸੰਭਾਲਦੇ ਰਹੇ। ਸੰਤ ਬਾਬਾ ਜੋਗਿੰਦਰ ਸਿੰਘ ਜੀ ਦੇ ਪਿਤਾ ਦਾ ਨਾਂ ਨੰਬਰਦਾਰ ਗੁਰਦਿਆਲ ਸਿੰਘ ਸੀ, ਦਾਦੇ ਦਾ ਨਾਂ ਹਰਨਾਮ ਸਿੰਘ ਸੀ, ਮਾਤਾ ਦਾ ਨਾਂ ਪਹਿਲਾਂ ਤਾਂ ਬੰਤੀ ਕਰਕੇ ਸਾਦੇ ਸੀ। ਜਦੋਂ ਗੁਰੂ ਕੇ ਖੰਡੇ ਦਾ ਅੰਮ੍ਰਿਤ ਛਕਿਆ, ਗੁਰੂ ਕੇ ਜਹਾਜ਼ੇ ਚੜ੍ਹੇ, ਫਿਰ ਮਾਤਾ ਬਲਵੀਰ ਕੌਰ ਨਾਂ ਰੱਖਿਆ ਸੀ। ਮਹਾਂਪੁਰਖ ਸੰਤ ਬਾਬਾ ਜੋਗਿੰਦਰ ਸਿੰਘ ਜੀ ਛੋਟੀ ਉਮਰ ਤੋਂ ਲੈ ਕੇ ਫਿਰ ਘਰ ਬਾਰ ਨਹੀਂ ਮੁੜੇ ਨਹੀਂ ਪਿੱਛੇ ਨੂੰ, ਇਸੇ ਅਸਥਾਨ 'ਤੇ ਰਹਿ ਕੇ ਸਾਰੀ ਜ਼ਿੰਦਗੀ ਤਨ ਮਨ ਧਨ ਦੇ ਨਾਲ ਐਨ ਵਧੀਆ ਲਗਨ ਦੇ ਨਾਲ ਸੇਵਾ ਕੀਤੀ। ਉਹ ਮਹਾਂਪੁਰਖਾਂ ਨੇ ਸੰਨ 1997 ਈਸਵੀ ਸੰਮਤ 29 ਜਨਵਰੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਰੀਰ 'ਤੇ ਆ ਗਿਆ ਸੀ। ਉਹਨਾਂ ਤੋਂ ਬਾਅਦ ਵਿੱਚ ਹੁਣ ਇੱਥੇ ਸੰਤ ਬਾਬਾ ਅਜੀਤ ਸਿੰਘ ਜੀ ਅੱਜ ਵੀ ਸੇਵਾ ਨਿਭਾ ਰਹੇ ਨੇ। ਇਹ ਅਸਥਾਨ ਉਹਨਾਂ ਸਮਿਆਂ ਤੋਂ ਲੈ ਕੇ ਮਹਾਂਪੁਰਖਾਂ ਦਾ ਗੁਰੂ ਕੀ ਮਾਣ ਮਰਿਆਦਾ ਜੋ ਹੈ, ਜਿੰਨਾ ਕੁ ਗੁਰੂ ਮਹਾਰਾਜ ਵੱਲ ਉਦਮ ਬਖਸ਼ ਰਹੇ ਨੇ ਉਸ ਅਨੁਸਾਰ ਸਾਰਾ ਵਧੀਆ ਤਰੀਕੇ ਦੇ ਨਾਲ ਜਿੰਨਾ ਕੁ ਹੋ ਰਿਹਾ ਉਹ ਸਾਰਾ ਪ੍ਰਬੰਧ ਹੋ ਰਿਹਾ। ਗੁਰੂ ਕੀ ਸੰਗਤ ਆਉਂਦੀ ਜਾਂਦੀ ਰਹਿੰਦੀ, ਅਖੰਡ ਪਾਠ ਸਾਹਿਬ ਹੁੰਦੇ ਰਹਿੰਦੇ ਨੇ, ਗੁਰੂ ਕਾ ਲੰਗਰ ਪਾਣੀ ਚੱਲਦਾ ਰਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।